ਸਮੁੰਦਰ ਦੇ ਭਾਰ ਬਾਹ ਆਗੂਆਂ ਵੱਲੋਂ ਪਾਰਟੀ ਦੇ ਯੁਵਾ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਰੂਪ ਵਿਚ ਇਕ ਮਿਸਾਲ ਯਾਤਰਾ ਕੱਢੀ ਗਈ, ਜਿਸ ਦੀ ਅਗਵਾਈ ਨਕੋਦਰ ਭਾਜਪਾ ਦੇ ਪ੍ਰਧਾਨ ਅਮਿਤ ਵਿਜ ਤੇ ਬਲਦੇਵ ਰਾਜ ਬੱਬੂ ਪ੍ਰਧਾਨ ਬੀਜੇਪੀ ਮੰਡਲ ਵੱਲੋਂ ਕੀਤੀ ਗਈ। ਇਸ ਮੌਕੇ ਤੇ ਭਾਜਪਾ ਵਰਕਰਾਂ ਵੱਲੋਂ ਹੱਥਾਂ ਵਿਚ ਮਿਸਾਲ ਲੈ ਕੇ ਪੂਰੇ ਸ਼ਹਿਰ ਵਿਚ ਮਾਰਚ ਕੱਢਿਆ ਗਿਆ। ਸੁਨੀਤ ਅਰੋੜਾ, ਦਿਵਿਆ ਪੰਜਾਬ ਟੀਵੀ, ਨਕੋਦਰ। ਪ੍ਰਧਾਨ ਭਾਰਤੀ ਜਨਤਾ ਪਾਰਟੀ ਮੰਡਲ ਨਕੋਦਰ, ਅੱਜ ਅਸੀਂ ਮਿਸਾਲ ਯਾਤਰਾ ਦਾ ਆਯੋਜਨ ਕਰ ਰਹੇ ਹਾਂ, ਜੋ ਕਿ ਭਾਰਤੀ ਜਨਤਾ ਪਾਰਟੀ ਸਾਰੇ ਦੇਸ਼ ਦੇ ਵਿੱਚ ਮਿਸਾਲ ਯਾਤਰਾ ਕੱਢ ਰਹੀ ਆ। ਮਿਸਾਲ ਯਾਤਰਾ ਕੱਢਣ ਦਾ ਸਾਡਾ ਇੱਕੋ ਹੀ ਮਕਸਦ ਆ ਕਿ ਜੋ ਸਾਡੇ ਸ਼ਹੀਦ ਪਰਿਵਾਰ, ਸ਼ਹੀਦ ਫੌਜੀ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਗਵਾਈਆਂ ਔਰ ਆਪਣੇ ਪਰਿਵਾਰਾਂ ਨੂੰ ਦੇਸ਼ ਦੇ ਵਾਸਤੇ ਵਾਰ ਦਿੱਤਾ, ਉਹਨਾਂ ਸ਼ਹੀਦਾਂ ਲਈ ਅੱਜ ਇਹ ਮਿਸਾਲ ਯਾਤਰਾ ਕੱਢਣ ਜਾ ਰਹੇ ਹਾਂ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਮੈਸੇਜ ਚਲਾ ਜਾਏ ਕਿ ਜੋ ਹਿੰਦੁਸਤਾਨ ਦਾ ਨਾਗਰਿਕ ਔਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੋਕ ਉਹਨਾਂ ਸ਼ਹੀਦਾਂ ਨੂੰ ਨਹੀਂ ਭੁੱਲਦੇ ਜਿਨ੍ਹਾਂ ਨੇ ਆਪਣੀਆਂ ਦੇਸ਼ ਲਈ ਜਾਨਾਂ ਦਿੱਤੀਆਂ। ਮੈਂ ਇਹੀ ਗੱਲ ਹੀ ਕਹਿੰਦਾ ਹੋਇਆ ਸਾਰੇ ਦੇਸ਼ ਵਾਸੀਆਂ ਨੂੰ ਅੱਜ ਇਹ ਆਹਵਾਨ ਕਰਦਾ ਕਿ ਉਹਨਾਂ ਸ਼ਹੀਦਾਂ ਲਈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਆ, ਉਹਨਾਂ ਦੀ ਕੁਰਬਾਨੀ ਮਹਿਤੀ ਨਹੀਂ ਜਾਏਗੀ ਔਰ ਸਾਰਾ ਦੇਸ਼, ਸਾਰੀ ਜਨਤਾ, ਸਮਸਤ ਦੇਸ਼ ਦੇ ਲੋਕ ਔਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਅੱਜ ਪ੍ਰਣ ਕਰਦੇ ਆ ਕਿ ਅਸੀਂ ਹਰ ਸਮੇਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ ਜਿਨ੍ਹਾਂ ਨੇ ਇਸ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਆ। ਭਾਰਤ ਮਾਤਾ ਕੀ ਜੈ। ਭਾਰਤੀ ਜਨਤਾ ਪਾਰਟੀ ਵੱਲੋਂ, ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਇਹ ਮਿਸਾਲ ਜਿਹੜੀ ਯਾਤਰਾ ਵੱਖ ਵੱਖ ਸ਼ਹਿਰਾਂ ਵਿੱਚ, ਵੱਖ ਵੱਖ ਕਸਬਿਆਂ ਵਿੱਚ ਕੱਢੀ ਗਈ। ਇਸ ਮਿਸਾਲ ਯਾਤਰਾ ਦਾ ਮੇਨ ਮਕਸਦ ਇਹੀ ਹੈ ਕਿ ਸਾਰੇ ਆਪਸ ਵਿੱਚ ਸਦਭਾਵਨਾ ਦੇ ਨਾਲ ਰਹਿਣ, ਏਕਤਾ ਖੰਡਾਂ ਨੂੰ ਬਰਕਰਾਰ ਰੱਖਣ। ਦੇਸ਼ ਦੀ ਆਜ਼ਾਦੀ ਮਿਲੇ ਨੂੰ ਅੱਜ 70 ਸਾਲ ਹੋ ਚੁੱਕੇ ਹਨ, ਪਰ ਅਜੇ ਵੀ ਸਾਡੇ ਵਿੱਚ ਜਿਹੜੀਆਂ ਹੀਨ ਭਾਵਨਾਵਾਂ ਜਾਂ ਵਿਤਕਰੇ ਕਈ ਥਾਵਾਂ 'ਤੇ ਦੇਖਣ ਨੂੰ ਮਿਲ ਰਹੇ ਹਨ। ਭਾਰਤੀ ਜਨਤਾ ਪਾਰਟੀ ਇਹੀ ਚਾਹੁੰਦੀ ਹੈ ਕਿ ਪੂਰੇ ਦੇਸ਼ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੇ ਅਤੇ ਦੇਸ਼ ਦੀ ਅਖੰਡਤਾ ਅਤੇ ਏਕਤਾ ਬਰਕਰਾਰ ਰਹੇ। ਜੈ